ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਜਾਣਾ ਜੀ ਦਿੱਲੀ, ਅਤੇ ਪਹਿਲਾਂ ਰਾਜੀ ਬਾਈ ਵਾਲਾ ਟਰੈਕਟਰ ਵੀ ਚੱਲਿਆ, ਉਹਦੇ ਪਰ ਦੂਜਾ ਟਰੈਕਟਰ ਚੜ੍ਹਾਉਣਾ ਇੱਕ ਹਰਪ੍ਰੀਤ ਬਾਈ ਨਾਲ, ਉਹ ਚੜ੍ਹਾ ਕੇ ਆਉਂਦੇ ਹਾਂ। ਬਾਈ ਫੋਨ ਕਰਦਾ, ਕਹਿੰਦਾ ਆ ਜਾ ਮੁੰਡਾ ਇੱਧਰ ਨੂੰ, ਚੱਲਦੇ ਹਾਂ ਉੱਥੇ, ਦਿਖਾਉਂਦਾ ਤੁਹਾਨੂੰ। ਰਾਜੀ ਬਾਈ ਇਹਨਾਂ ਨੂੰ ਪਹਿਲਾਂ ਤੋਰੀਏ, ਫਿਰ ਅਸੀਂ ਬਾਅਦ 'ਚ ਦੂਜੇ ਟਰੈਕਟਰ 'ਤੇ ਜਾਊਂਗੇ। ਰਾਜੀ ਬਾਈ ਵਾਲਾ ਟਰਾਲਾ ਟਰੈਕਟਰ ਹੈ ਜੀ, ਦੂਆ ਵੀ ਚੜ੍ਹਾਇਆ ਹੋਇਆ, ਇੱਕ ਉੱਪਰ ਚੜ੍ਹਾਇਆ ਹੋਇਆ। ਚੱਲ ਪਏ ਪਾ ਤੇ ਚੱਲ ਇਹਨਾਂ ਨੇ ਅਸੀਂ ਏਦਾਂ ਬਾਈ ਚੱਲ ਪਏ ਠੀਕ ਹੈ ਬਾਈ। ਹੋਰ ਕਿੱਦਾਂ ਬਾਈ ਪਾ ਤੇ ਚੱਲ, ਅਸੀਂ ਵੀ ਆਏ, ਅਸੀਂ ਬੰਦੇ ਉਹ ਕਰ ਲਈਏ ਬਾ 10:30 ਹੱਦ 11 ਪਾਉਂਦਾ। ਉਹ ਅੱਛਾ ਉਹਦੇ ਉੱਪਰ ਵੀ ਬੰਦਾ ਬੈਠਿਆ, ਅੱਛਾ ਠੀਕ ਹੈ। ਇਹਨੂੰ ਸਟਾਰਟ ਵੀ ਕਰਨਾ ਉੱਤੇ, ਕਿਤੇ ਡੈਕ ਲਾ ਕੇ ਜਾਈ ਜਾਵੇ। ਚੱਲ ਵਧੀਆ ਕਰਿਆ। ਹੋਰ ਨੀ ਗਿਆ ਹਰ ਕੋਰ ਰਿੰਕੂ ਬਾਈ ਨੀ? ਹਾਂ ਠੀਕ ਹੈ ਠੀਕ ਹੈ। ਅੱਛਾ ਪਾਣੀ ਦੀ ਪੇਟੀਆਂ ਗੱਬੇ ਰੱਖ ਲਿਆ, ਪਾਣੀ ਦੀ ਪੇਟੀਆਂ ਠੀਕ ਹੈ ਠੀਕ ਹੈ ਬਾਈ। ਫਿਰ ਟਰਾਲਾ ਤਾਂ ਹੁਣ ਮੈਨੂੰ ਲੱਗਦਾ ਆਪਣਾ ਸਿਰੇ ਜਾਣਾ ਨੀ। ਹਾਂ ਬਹੁਤ ਕਹਿੰਦੇ ਪਿੱਛੇ ਤੱਕ ਲੈਣ ਲੱਗ ਗਈ। ਹਾਂ ਸਿਰੇ ਠੀਕ ਹੈ, ਮੈਂ ਕਿਹਾ ਉਹ ਕਹਿੰਦੇ ਲੈਣ ਬਹੁਤ ਲੰਬੀ ਲੱਗ ਗਈ, ਪਿੱਛੇ ਹੀ ਖੜਾਉਣੇ ਪੈਣੇ। ਹਾਂ 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 ਨਾ ਫਿਰ ਪਾਣੀ ਦਾ ਔਖਾ ਹੋ ਜਾਣਾ, ਚੱਲ ਤਾਰ ਲੈ ਜਾਵਾਂਗੇ। ਹਾਂ ਹਾਂ ਠੀਕ ਹੈ ਠੀਕ ਹੈ, ਤੇਰੀ ਤਾਂ ਸੇਵਾ ਜ਼ਰੂਰ ਲੱਗੂਗੀ, ਇਹਦੀ ਸੇਵਾ ਲੱਗਣੀ ਵੀ ਚਾਹੀਦੀ ਹੈ। ਨਾ ਵਧੀਆ ਵਧੀਆ ਠੀਕ ਹੈ ਬਾਈ, ਤਾਂ ਹੀ ਹੁਣ ਕਿਉਂ ਅੱਗੇ ਖਬਰ ਕਿੱਥੇ ਰੁਕਣਾ ਪਵੇ ਪਿੱਛੇ ਵੀ। ਆ ਦੇਖੋ ਕਿਆ ਲੈ ਕੇ ਚੱਲੋ ਆਪਣਾ ਅਸਲਾ ਸਾਰਾ ਹੀ ਨਾ ਤਿਆਰੀ ਹੈ ਜੀ ਇੱਧਰ, ਅਨੇ ਦੋ ਬੰਦੇ ਹੋਰ ਤਿਆਰ ਹੋ ਰਹੇ ਆ। ਜੱਗੇ ਹਾਂ ਜਾਣਾ ਨੀ ਹੁਣ, ਰਾਤ ਕਾਹਦੇ ਆ ਗਿਆ ਤੂੰ, ਕਿੱਕਣਾ ਕੰਮ ਉੱਥੇ ਜਾਮ ਜੂ ਮੈਂ ਮਤਲਬ ਮੁਰਥਲ ਤੱਕ ਢਾਬੇ ਤੱਕ ਉੱਥੇ ਬਾਈ ਆ ਕਹਿੰਦਾ ਬਾਈ ਮੈਂ ਵੀ ਜਾਣਾ ਹੈ, ਕਿਆ ਕਰੂੰਗਾ ਜਾ ਕੇ ਮੋਦੀ ਕੁੱਟਣਾ ਆ ਵੀ ਚੱਲਿਆ ਜੀ, ਕਰ ਲਈ ਤਿਆਰੀ ਮੋਦੀ ਨੂੰ ਕੁੱਟਣਾ। ਪਰ ਉਹਨੂੰ ਘੁੰਮਦਾ ਮੜਾ ਆ ਦੇਖ, ਬਹਿ ਕੇ ਦੇਖ ਬਾਈ। ਬਾਈ ਦੇ ਮੁੰਡੇ ਦਾ ਗਾਣਾ ਵੀ ਹੈਗਾ, ਉਹਦਾ ਨਿਊਜ਼ੀਲੈਂਡ ਹੈ, ਉਹਨੇ ਗਾਣਾ ਪਾਇਆ ਨਵਾਂ ਕਿਸਾਨ ਏਕਤਾ ਗਾਣਾ ਹੈ, ਕਿਸਾਨੀ ਬਾਰੇ ਹੈ, ਤੇ ਉਹਦੀ ਆਈ ਡੀ ਹੈਗੀ ਹੈ ਮਾੜਾ ਵਾਲਾ ਨਾਟ ਚੈਨਲ ਹੈ ਉਹਦਾ, ਉਹਦੇ ਪਰ ਸੁਣ ਲਿਓ ਜ਼ਰੂਰ, ਤੇ ਲਿੰਕ ਵੀ ਪਾ ਦਿੰਦੇ ਹਾਂ, ਲਿੰਕ ਤੇ ਕੱਟ ਕੇ ਦੇਖ ਲਿਓ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਸਬਸਕ੍ਰਾਈਬ ਕਰ ਦਿਓ। ਹੋਰ ਬਾਈ ਵੀ ਚੱਲਿਆ, ਬਾਈ ਦੇ ਬਾਈ ਪਹਿਲਾਂ ਵੀ ਕਿੰਨੀ ਵਾਰ ਦੇਖ ਲਿਆ, ਚੌਥੀ ਵਾਰ ਚੱਲਿਆ ਪਤਾ ਕਰਕੇ ਆਵਾਂਗੇ ਜੀ। ਬਾਈ ਦਾ ਮੁੰਡਾ ਕਹਿੰਦਾ ਵੀ ਜਾਣਾ ਜ਼ਰੂਰ ਹੈ, ਵੀ ਬਾਹਰ ਤੋਂ ਫੋਨ ਕਰੀ ਜਾਂਦਾ, ਜਾਣਾ ਵੀ ਚਾਹੀਦਾ ਨਾਲੇ ਇਕੱਲਾ ਘਰ ਚ ਇਕੱਲੇ ਜਿੰਦਾ ਲਾ ਕੇ ਜੀ ਜਿੰਦਾ ਲਾ ਕੇ ਚੱਲੀਏ ਫਿਰ। ਚਲੋ ਜੀ ਹੋ ਗਈ ਤਿਆਰੀ ਭਾਈ, ਤਾਂ ਜੀ ਚੱਕ ਮੈਗਾ ਚੱਲ ਲੈ ਭਾਈ ਲਬੂ ਚੱਲੀਏ ਦਿੱਲੀ ਨੂੰ। ਚਲੋ ਆ ਜਾ ਭਾਈ ਪਿੱਛੇ ਨਾ ਬੈਠ, ਉੱਤੇ ਹੋ ਜਾ ਮੇਰਾ ਬੰਦਾ ਚੱਲ ਹੋਣਾ ਪੈਣਾ ਕੰਮ ਜਾਣਾ ਤੇ ਆਉਂਦਾ ਪਿੱਛੇ ਦਾ ਉੱਪੜੀ ਜਾਂਦਾ।
अगे पता लग्या भी उत्थे तेल पाउंदे नहीं हैगे। आ पीपी लई आ इत्थे कवाड़िए दी बाई दी दुकान है, बाई ने फ्री दित्ती है ये। असीं पैसे कह के कहना नहीं बाई लेके जाओ एकने दे, आ फ्री दित्ती है, फ्री दित्ती है गुरपी दा धन्नवाद है बाई दा। आ जा रहे हैं ट्रैक्टर, बाकी कितने तो 5-6 लगे थे ना। तेल पाउन लगे इत्थे एक बार भरा ली अगे कहते भी तेल पाते नहीं है, आप पीपी च भी पवा लिया, इधर ट्रैक्टर भी पवा लिया। हाँ भाई ठंड तो नहीं लगती अज? बिलकुल ठीक है, ठीक है ठीक हाँ वधिया वधिया। बस खिंच के रखो काम, नु चाह पिला दो जरूर भाई, पिछे बंदे चाह पीण नु कहंदे आ। हाँ चाह पिला दो, भुख लग गई हाँ। चढ़ गए जी हाईवे, हाईवे से चढ़ गए हूं देखने। एक बार झंडी झंडी जा रहे हैं हाँ, और चाह पानी पीऊंगे जी, चाह पानी का लंगर शंभू पैरे रखो। ਬੂ ਬੈਰੀਅਲ ਤੇ ਇੱਥੇ ਚਾਹ ਪਾਣੀ ਲੰਗਰ ਛਕਦੇ ਆ ਜੀ, ਲੱਗੇ ਹੋਏ ਬੰਦੇ ਆਪਣੇ। ਮਿੱਤਾ ਬਾਈ ਕਿੱਥੇ ਗਿਆ? ਆ ਦੇਖੋ ਬਾਈ ਦਰਦਾਰ, ਪੰਜਾਬ ਤੋਂ ਜ਼ਿਆਦਾਤਰ ਇੱਥੇ ਰੁਕ ਕੇ ਨਾਲੇ ਚਾਹ ਪਾਣੀ ਪੀ ਕੇ ਜਾਂਦੇ ਆ ਅੱਗੇ। ट्रैफिक जाम वाले काम होया होया जी, तेना लेडीज भी आके समर्थन दे रही, देखो झंडा लेके खड़ी। देखो गड्डिया वाले मूंगफली वगैरह होर सारा कुछ भी बनते हैं जेडे गड्डी गुड्डिया च पैकेट। मैं इत्थे पता लगता भी किन्ना दिल्ली नू जा रहे हैं बंदे, लाइन टुटदी नहीं हैगी जी, सारे दिल्ली आने हैं। गड्डी पर झंडे देखो भाई, झंडा ही झंडा दिख रहा है। देखो गड्डी च भाई ने पोस्टर, देखो क्या वधिया पाया वा, किसान पानी कढ़दा है। बाकी भी देखो कितनी वधिया कितनी ये भाई ने कटी है हां, देख ला स्टिकर ओकरे भाई नु मिलो जी, हैप्पी महाराणा वीरा स्टंट करदा ट्रैक्टर दा, ये भी चलने आते कल भी कुछ करूंगे कि नहीं? हां जी करोगे भाई, भाई उत्ते भी स्टंट करूंगे शायद कल भाई, अपने ट्रैक्टर ने आज चलने हैं। और भाई ठीक ठाक? हां जी भाई का ट्रैक्टर है हैप्पी महाराणा जेड़ा स्टंट कराउंदा हुंदा ट्रैक्टर नाल, आ भाई आ भाई का ट्रैक्टर आ इहदे नाल स्टंट कराउंदा हुंदा भाई।
ਨੀਂਦ ਆਉਂਦੀ ਹੈ ਚੱਲਦਾ ਲੰਗਰ ਪਾਣੀ ਬਾਈ ਦੇਖ ਲੈ ਮੈਨੂੰ ਤੇਰੀ ਗਰਾਰੀ ਮੈਨੂੰ ਤੇਰੀ ਗਰਾਰੀ ਬੜੀ ਲੱਗਦੀ ਆ ਪੰਜ ਛੇ ਕਿਲੋ ਸੰਤਰੇ ਚ ਬਾਈ ਸੱਤ ਚਾਰ ਕਿਲੋ ਇਹਨੇ ਖਾਂਦੇ ਮੁਰਥਲ ਪਹੁੰਚ ਗਏ ਜੀ ਮੁਰਥਲ ਲੈਟਾਂ ਬਗੈਰ ਹਨੇਰਾ ਹੋ ਗਿਆ ਕਿੰਨਾ ਟਾਈਮ ਹੋ ਗਿਆ ਟਾਈਮ ਕਿੰਨਾ ਹੋ ਗਿਆ ਅੱਠ ਵੀਹ ਹੋ ਗਏ ਹੈ ਸਾਢੇ ਗਿਆਰਾਂ ਵਜੇ ਤੁਰੇ ਦੇ ਮੁਰਥਲ ਪਹੁੰਚ ਗਏ ਇੱਕ ਇੱਥੇ ਸੁਖਦੇਵ ਢਾਬੇ ਕੋਲ ਆ ਗਏ ਅਸੀਂ ਇੱਥੇ ਤੱਕ ਜਾਮ ਲੱਗਿਆ ਹੋਇਆ ਸਮਝ ਲਓ ਆਹ ਲੱਗੀਆਂ ਪਈਆਂ ਗੱਡੀਆਂ ਜੀ ਸਾਰੀਆਂ ਉੱਧਰ ਟਰਾਲੀਆਂ ਖੜੀਆਂ ਜੀ ਹੁਣ ਅਸੀਂ ਉਹੀ ਦੇਖਦੇ ਸੀ ਬੰਦੇ ਕਹਿੰਦੇ ਵੀ ਹਾਲੇ ਅੱਗੇ ਜਗ੍ਹਾ ਨਹੀਂ ਹੈਗੀ ਆ ਦੇਖੋ ਸਾਰੀਆਂ ਟਰਾਲੀਆਂ ਇੱਥੇ ਤੱਕ ਜਾਮ ਲੱਗ ਗਿਆ ਇਹ ਸਾਰੇ ਟਰਾਲੀਆਂ ਟਰੈਕਟਰ ਰੁਕੇ ਪਏ ਆ ਸੁਖਦੇਵ ਦੇ ਢਾਬੇ ਤੱਕ ਜਾਮ ਲੱਗ ਗਿਆ ਕੁੰਡਲੀ ਬਾਰਡਰ ਤੇ ਜਿੱਥੇ ਅੱਗੇ ਇੱਥੇ ਤੱਕ ਲਾਈਨ ਲੱਗ ਗਈ ਜੀ ਹਾਲੇ ਵੀ ਪਿੱਛੇ ਲਾਈਨ ਟੁੱਟਦੀ ਨਹੀਂ ਹੈਗੀ ਸਾਰੇ ਆ ਦੇਖੋ ਗੱਡੀ ਦੇਖੋ ਲੈਨ ਨਹੀਂ ਟੁੱਟਦੀ ਜੀ ਦੇਖੋ ਆਹ ਦੇਖੋ ਸਾਰੇ ਖੜੇ ਆ ਉਤਰ ਕੇ ਬੰਦੇ ਆਪਣੇ ਹਾਂ ਬਾਈ ਹਾਂ ਦੱਸੋ ਆ ਪਹੁੰਚ ਗਿਆ ਇੱਥੇ ਹਾਂਜੀ ਹਾਂ ਆ ਜੋ ਮਿਲ ਕਮਾਲ ਹੋ ਗਈ ਯਾਰ ਜਿੰਨਾ ਆ ਮਿਲ ਗਏ ਬਾਈ ਨਾ ਜੀ ਹੋਰ ਬਾਈ ਕਿੱਦਾਂ ਪਹੁੰਚ ਗਏ ਅਸੀਂ 10 ਮਿੰਟ ਪਹਿਲਾਂ ਆਏ ਜਾ ਕੇ ਸਾਡੇ ਸਿਲੈਂਸਰ ਨੂੰ ਵੀ ਹੱਥ ਲਾ ਕੇ ਦੇਖ ਲਾ ਉਹ ਵੀ ਠੰਡਾ ਹੋ ਗਿਆ ਠੰਡਾ ਉਹ ਵੀ ਹੋ ਗਿਆ ਮੁਰਥਲ ਢਾਬੇ ਤੇ ਪਹੁੰਚ ਕੇ ਵਿਗਦੇ ਰੋਪ ਖਾਦਾ ਚੱਕ ਲੱਗੇ ਜੀ ਬਾਕੀ ਬੰਦੇ ਆਉਂਦੇ ਆ ਰੋਟੀ ਖਾ ਕੇ ਜੀ ਅਮਰੀਕ ਦੇ ਉੱਤੇ ਅੱਗੇ ਚੱਲੇ ਆ ਅੱਗੇ ਤਾਂ ਜਾਣਾ ਨਹੀਂ ਹੈਗਾ ਆਪਾਂ ਅੱਗੇ ਕਿਤੇ ਸਾਈਡ ਪਰ ਢਾਬੇ ਪਰ ਲਾਉਣਾ ਪੈਣਾ ਅੱਗੇ ਤਾਂ ਟ੍ਰੈਫਿਕ ਬੰਦ ਆ ਪਤਾ ਕਰਿਆ ਇਹ ਵੀ ਆ ਗੱਡੀਆਂ ਜਾਂਦੀਆਂ ਟਰਾਲੀਆਂ ਟਰੂਲੀਆਂ ਦੇ ਇੱਥੇ ਖੜਾਉਂਦੀਆਂ ਦੇਖਦੇ ਆ ਰਾਜੀ ਬਾਈ ਇਹਨਾਂ ਨੇ ਪਹਿਲਾਂ ਇਹ ਹੋਇਆ ਉਹ ਕਹਿੰਦੇ ਇੱਥੇ ਖੜਾ ਦਿਓ ਉੱਥੇ ਖੜਾਉਂਗੇ ਇੱਥੇ ਲਾ ਲੈ ਡੇਰੇ ਆਹ ਰਾਜੀ ਬਾਈ ਵਾਲਾ ਟਰੈਕਟਰ ਖੜਿਆ ਜੀ ਆਹ ਦੇਖੋ ਬਾਈ ਗੱਡੀਆਂ ਦੇ ਲੱਦੇ ਖੜੇ ਆ ਇਹ ਤਾਰੇ ਨਹੀਂ ਹੈਗੇ ਲੋਡ ਪੈਣ 'ਤੇ ਕਹਿੰਦੇ ਤਾਰੂੰਗੇ ਵੀ ਇੰਨੇ ਟਰੈਕਟਰ ਹੋਏ ਪਏ ਆ ਵੀ ਜਥੇਬੰਦੀਆਂ ਕਹਿੰਦੇ ਵੀ ਬਾਈ ਉਹ ਨਾ ਕਰਿਓ ਆਹ ਦੇਖੋ ਦੋ ਦੋ ਟਰੈਕਟਰ ਲੱਦੇ ਹੋਏ ਆ ਗੱਡੀਆਂ 'ਤੇ ਕੈਂਟਰ ਕਰਕੇ ਲੈ ਕੇ ਆਏ ਹੋਏ ਆ ਦੋ ਦੋ ਟਰੈਕਟਰ ਲੱਦੇ ਹੋਏ ਆ ਬਾਕੀ ਆਹ ਖੜੇ ਆ ਟਰੈਕਟਰ ਕੁਛ ਇੱਧਰ ਵੀ ਗੱਡੀਆਂ ਖੜੀਆਂ ਇਹਦੇ ਪਰ ਵੀ ਆਹ ਖੜੇ ਆ ਉਹ ਪਿੱਛੇ ਅਸੀਂ ਖੜਾ ਦਿਆ ਉੱਧਰ ਅਸੀਂ ਰਾਤ ਇੱਥੇ ਰਹੂੰਗੇ ਅੱਜ ਸ਼ਿਵਾ ਢਾਬੇ ਦੇ ਇੱਧਰ ਅੱਜ ਇੱਥੇ ਰਾਤ ਰਹੂੰਗੇ ਕਹਿੰਦੇ ਜੀ ਅੱਗੇ ਜਾਮ ਬਹੁਤ ਆ ਇਸ ਕਰਕੇ ਕਹਿੰਦੇ ਵੀ ਇੱਥੇ ਹੀ ਸੌਂ ਜਾਓ ਦੋ ਚਾਰ ਘੰਟੇ ਸਵੇਰੇ ਤੜਕੇ ਲਿਜਾ ਕੇ ਦੇਖੂੰਗੇ ਪੋਜੀਸ਼ਨ ਵੀ ਅੰਤ ਅੱਗੇ ਜੇ ਟਰਾਲੀ ਜਾਂਦੀ ਹੋਈ ਤਾਂ ਅੱਗੇ ਫਿਰ ਲੈ ਕੇ ਜਾਊਂਗੇ ਜਦ ਤੱਕ ਇੱਥੇ ਕਰਦੇ ਜੀ ਰੈਸਟ ਸੌਂਦੇ ਜੀ ਫਿਰ ਇੱਥੇ
चलो ठीक है जी, मेरी वीडियो इतने तक थी, मेरी वीडियो लाइक शेयर कमेंट करो, धन्यवाद।